ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਰੈਕ ਦੀ, ਜਿਹੜਾ ਗ੍ਰੀਨ ਜ਼ੋਨ ਦਾ ਇੱਕ ਕੋਂਬੋ ਦੇ ਵਿੱਚ 9 ਟਾਈਮ ਦਾ ਰੈਕ ਆ ਜਿਹੜਾ ਆਪਣਾ। ਹਾਂ, ਕੋਂਬੋ ਦੇ ਵਿੱਚ ਆਪਾਂ ਕਿਸਾਨ ਵੀਰਾਂ ਨੂੰ 9 ਟਾਈਮ ਦੇ ਰੈਕ ਨਾਲ ਦੇ ਰਹੇ ਆ ਜੀ ਬੇਲਰ। ਮਤਲਬ ਹੈਵੀ ਡਿਊਟੀ ਦਾ ਡਿਜ਼ਾਈਨ ਆ ਕਿ ਉਹਨੇ ਰਫ ਟਫ ਚੱਲਣਾ ਹੁੰਦਾ, ਸਾਰਾ ਸਟਰਕਚਰ ਹੈਵੀ ਡਿਊਟੀ ਬਣਾਇਆ ਹੋਇਆ, ਇਹਦੀ ਹਿੱਚ ਵੀ ਮਤਲਬ ਸਪੈਸ਼ਲ ਡਿਜ਼ਾਈਨ ਕੀਤੀ ਹੋਈ, ਫਲੈਕਸੀਬਲ ਰਹੇ ਟਰੈਕਟਰ ਦੇ ਨਾਲ, ਅਤੇ ਉਦੋਂ ਬਾਅਦ 4 ਟਾਇਰ ਲਾਏ ਗਏ ਨੇ ਜੀ। ਸਭ ਤੋਂ ਵੱਡੀ ਚੀਜ਼ ਕੀ ਆ, ਇਹਦਾ ਗੇਅਰਬੋਕਸ ਦੇਖੋ ਕਿੰਨਾ ਹੈਵੀ ਆ, ਹੈਵੀ ਡਿਊਟੀ ਪੂਰਾ ਗੇਅਰਬੋਕਸ ਲਾਇਆ ਗਿਆ। ਉਸ ਤੋਂ ਬਾਅਦ ਜਿਹੜੀਆਂ ਪਾਈਪਾਂ ਨੇ, ਇਹ ਵੀ ਨੋਰਮਲ ਪਾਈਪ ਨਹੀਂ ਹੈਗੀ, ਜਿਹੜੀ ਪੀਟੀਓ ਨੂੰ ਪਾਈਪ ਲੱਗੀ ਹੁੰਦੀ ਆ, ਪੀਟੀਓ ਸ਼ਾਫਟ ਦੀ ਪਾਈਪ ਹੁੰਦੀ ਆ, ਟ੍ਰੈਂਗਲ ਪਾਈਪ ਹੁੰਦੀ ਜਿਹੜੀ, ਉਹ ਪਾਈਪ ਲਾਈ ਗਈ ਆ ਵੀ ਇਹ ਮੁੱਚੇ ਨਾ, ਕੰਮ ਦੇ ਨਾਲ ਬੈਂਡ ਨਾ ਹੋਵੇ। ਉਸ ਤੋਂ ਬਾਅਦ ਜਿਹੜੀ ਆ ਟਾਈਨ, ਟਾਈਨਾਂ ਬਾਰੇ ਜ਼ਰੂਰ ਦੱਸੋ। ਟਾਈਨਾਂ ਆਮ ਤੌਰ 'ਤੇ ਟੁੱਟਦੀਆਂ ਕਿਉਂ ਨੇ, ਉਹਨਾਂ ਦਾ ਮਟੀਰੀਅਲ ਜਿਹੜਾ ਹਾਰਡ ਹੁੰਦਾ ਜੀ, ਇਹਦੇ ਵਿੱਚ ਅਸੀਂ ਸਪ੍ਰਿੰਗ ਸਟੀਲ ਦਾ ਮਟੀਰੀਅਲ ਜਿਹੜਾ ਯੂਜ਼ ਕੀਤਾ ਗਿਆ, ਸਪ੍ਰਿੰਗ ਸਟੀਲ ਦੇ ਵਿੱਚ ਇਹ ਫਲੈਕਸੀਬਲ ਹੁੰਦੀ ਆ, ਟੁੱਟਦੀ ਨਹੀਂ ਹੈਗੀ ਜੀ। ਜਿਵੇਂ ਇਸ ਤਰ੍ਹਾਂ ਕਿਸਾਨ ਵੀਰੋ, ਫਲੈਕਸੀਬਿਲਟੀ ਜ਼ਿਆਦਾ ਹੋਣ ਕਰਕੇ ਫਸ ਕੇ ਟੁੱਟਦੀ ਨਹੀਂ ਹੈ। ਹਾਂਜੀ, ਇਹਦੀ ਮਤਲਬ ਸਫਾਈ ਜ਼ਿਆਦਾ, ਆਮ ਜਿਹੜੇ ਰੈਕ ਜਿਹਨੇ ਚੱਲਦੇ ਨੇ, ਸਫਾਈ ਆਪਣੇ ਜਿਹੜੇ ਐਗਰੀ ਜ਼ੋਨ ਦੀ ਉਹ ਜ਼ਿਆਦਾ, ਅਤੇ ਇਹ ਖਾਸੀਅਤ ਹੈਗੀ ਹੈ ਜੀ ਐਗਰੀ ਜ਼ੋਨ ਦੇ, ਜਿਹੜਾ ਆਪਣਾ ਬੇਲਰ ਅਤੇ ਰੇਕ ਅਤੇ ਰੇਕ। ਤੋ ਕਿਸਾਨ ਵੀਰੋ, ਇਹ ਹੋ ਗਈਆਂ ਖਾਸੀਅਤਾਂ ਬੇਲਰ ਅਤੇ ਰੇਕ, ਐਗਰੀ ਜ਼ੋਨ ਦਾ ਹੀ ਤੁਸੀਂ ਕਿਉਂ ਲਓ ਦੱਸ ਮੈਂ ਵੀ ਸਕਦਾ ਸੀ, ਪਰ ਮੈਂ R&D ਜਿਨ੍ਹਾਂ ਨੇ ਬਣਾਇਆ ਡਿਜ਼ਾਈਨ ਕੀਤਾ ਉਹਨਾਂ ਦੇ ਮੂੰਹੋਂ ਹੀ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਐਗਰੀ ਜ਼ੋਨ ਦੇ ਬੇਲਰ 'ਚ ਕੀ ਕੀ ਖਾਸੀਅਤ ਨੇ।